ਸੁੱਚਾ ਬਲਾਤਕਾਰੀ ਨੰਗਾ ਜਿਹੜਾ ਉਹ ਕਈ ਦਿਨ ਤੋਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਆ ਰਿਹਾ ਕਿ ਇਹ ਮਿਲੀ ਭੁਗਤ ਦਾ ਹਿੱਸਾ ਆ ਕਿਉਂਕਿ ਜੇ ਇਹ ਮਿਲੀ ਭੁਗਤ ਨਾ ਹੋਵੇ ਤੇ ਇਹਦਾ ਅਖੰਡ ਪਾਠ ਸਾਹਿਬ ਫਤਿਹਗੜ੍ਹ ਸਾਹਿਬ ਨਾ ਆਉਂਦਾ। ਇਹਦੇ ਬੰਦੇ ਹੀ ਜਿਹੜੇ ਲੱਗੇ ਹੋਏ ਨੇ ਜਿਨ੍ਹਾਂ ਦੀ ਨਿਯੁਕਤੀ ਰੱਦ ਕਰਕੇ ਇਹਨਾਂ ਨੂੰ ਹਰਿਆਣੇ ਸੁੱਟਿਆ ਗਿਆ ਸੀ, ਮੁੜ ਉੱਥੇ ਲਾ ਤੇ ਸਾਈ ਵੀ ਨਹੀਂ ਸੁੱਕੀ। ਅਸੀਂ ਇਹਨੂੰ ਕੌਮ ਦਾ ਹਿੱਸਾ ਨਹੀਂ ਬਣ ਦਿਆਂਗੇ, ਇਹਨੂੰ ਗੁਰੂ ਘਰਾਂ ਵਿੱਚ ਦਾਖਲ ਨਹੀਂ ਹੋਣ ਦਿਆਂਗੇ। ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਸਿੱਖ ਜਥੇਬੰਦੀਆਂ ਅਤੇ ਸੰਗਤ ਵੱਲੋਂ ਸੁੱਚਾ ਸਿੰਘ ਲੰਗਾਹ ਦਾ ਵਿਰੋਧ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੁੱਚਾ ਸਿੰਘ ਲੰਗਾਹ ਪਿਛਲੇ 4-5 ਦਿਨਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਪਾਠ ਕਰ ਰਹੇ ਸੀ। ਇਸ ਮਾਮਲੇ 'ਚ ਸਾਡੇ ਸਹਿਯੋਗੀ ਸੁਖਚੈਨ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਸੁਖਚੈਨ ਜੀ, ਅੰਮ੍ਰਿਤਸਰ ਦੇ ਵਿੱਚ ਸੁੱਚਾ ਸਿੰਘ ਲੰਗਾਹ ਦਾ ਵਿਰੋਧ ਕੀਤਾ ਗਿਆ ਹੈ ਸਿੱਖ ਜਥੇਬੰਦੀਆਂ ਵੱਲੋਂ, ਕੀ ਹੈ ਸਾਰਾ ਮਾਮਲਾ? ਜੀ ਬਿਲਕੁਲ, ਜਿਸ ਤਰ੍ਹਾਂ ਕਿ ਸੁੱਚਾ ਸਿੰਘ ਲੰਗਾਹ ਨੂੰ ਇੱਕ ਅਸ਼ਲੀਲ ਵੀਡੀਓ ਦੇ ਮਾਮਲੇ ਵਿੱਚ, ਜੋ ਕਿ SIPC ਮੈਂਬਰ ਵੀ ਹਨ, ਤੇ ਉਸ ਮਾਮਲੇ ਵਿੱਚ ਅਸ਼ਲੀਲ ਵੀਡੀਓ ਦੇ ਮਾਮਲੇ ਚ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚ ਛੇਕਿਆ ਗਿਆ ਸੀ ਪੰਜ ਸਿੰਘ ਸਾਹਿਬਾਨ ਵੱਲੋਂ। ਲੇਕਿਨ ਉਸ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਵੱਲੋਂ ਜੋ ਕੁਛ ਐਕਟੀਵਿਟੀ ਕੀਤੇ ਜਾਂਦੇ ਸੀ ਜਾਂ ਆਪਣੇ ਜੋ ਕਹਿੰਦੇ ਕਿ ਹਲਕੇ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਿਆ ਗਿਆ ਜਾਂਦਾ ਸੀ, ਤੇ ਉਸ ਤੋਂ ਬਾਅਦ ਪੰਜ ਜੋ ਉੱਥੇ ਪਿਆਰਾ ਵੱਲੋਂ ਅੰਮ੍ਰਿਤ ਛਕਿਆ ਵੀ ਗਿਆ ਸੀ ਸੁੱਚਾ ਸਿੰਘ ਲੰਗਾਹ ਵੱਲੋਂ ਆਪਣੇ ਤੇ। ਲੇਕਿਨ ਉਸ ਤੋਂ ਬਾਅਦ ਜਿੱਥੇ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਸਖ਼ਤ ਰੁੱਖ ਅਖਤਿਆਰ ਕੀਤਾ ਗਿਆ ਸੁੱਚਾ ਸਿੰਘ ਲੰਗਾਹ ਦੇ ਖਿਲਾਫ਼। ਦੁਬਾਰਾ ਉਹਨਾਂ ਨੂੰ ਕਿਹਾ ਗਿਆ ਕਿ ਸੁੱਚਾ ਸਿੰਘ ਲੰਗਾਹ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਰੋਟੀ ਬੇਟੀ ਸਾਂਝ ਨਾ ਰੱਖੀ ਜਾਵੇ, ਕਿਉਂਕਿ ਇਹਨਾਂ ਨੂੰ ਪੰਥ ਵਿੱਚ ਛੇਕਿਆ ਗਿਆ ਹੈ। ਉਸ ਤੋਂ ਬਾਅਦ ਹੁਣ ਸੁੱਚਾ ਸਿੰਘ ਲੰਗਾਹ ਜਿਸ ਤਰ੍ਹਾਂ ਕਹੀਏ ਕਿ 2022 ਦਾ ਵਿਧਾਨ ਸਭਾ ਦਾ ਸਮਾਂ ਨੇੜੇ ਆ ਰਿਹਾ, ਸੁੱਚਾ ਸਿੰਘ ਲੰਗਾਹ ਵੀ ਜਿਸ ਤਰ੍ਹਾਂ ਕਹਿ ਲਈਏ ਕਿ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਆਪਣੀ ਜੋ ਪੁੱਲ ਬਖਸ਼ਾਉਣਾ ਚਾਹੁੰਦੇ ਹਨ, ਉਸਦੇ ਤਹਿਤ ਉਹਨਾਂ ਵੱਲੋਂ ਦੁਬਾਰਾ ਦੇ ਤਹਿਤ ਪਿਛਲੇ 4-5 ਦਿਨ ਤੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਤੇ ਪਾਠ ਕਰਦੇ ਸਨ ਉੱਥੇ ਬੈਠ ਕੇ, ਤੇ 1.5-2 ਘੰਟਾ ਦੇ ਕਰੀਬ ਉੱਥੇ ਬੈਠ ਜਾਂਦੇ, ਉਸ ਤੋਂ ਬਾਅਦ ਚਲੇ ਜਾਂਦੇ ਸਨ। ਲੇਕਿਨ ਅੱਜ ਜਦੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਆਪਣੇ ਦਫ਼ਤਰ ਵਿੱਚ ਬੈਠੇ ਹੋਏ ਸਨ, ਤਾਂ ਸੁੱਚਾ ਸਿੰਘ ਲੰਗਾਹ ਜਦੋਂ ਅਕਾਲ ਤਖ਼ਤ ਸਾਹਿਬ ਪਾਠ ਕਰਕੇ ਬਾਹਰ ਆਉਣ ਲੱਗੇ, ਤਾਂ ਕੁਛ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਦੇ ਖਿਲਾਫ਼ ਕਾਫ਼ੀ ਨਾਅਰੇਬਾਜ਼ੀ ਕੀਤੀ ਗਈ ਕਿ ਇਹ ਬਲਾਤਕਾਰੀ ਹੈ ਜਾਂ ਪੰਥ ਵਿੱਚ ਛੇਕਿਆ ਹੈ, ਇਹਨਾਂ ਨੂੰ ਇਸ ਤਰ੍ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇਹਨਾਂ ਨੂੰ ਪੰਥ ਵਿੱਚ ਵਾਪਸ ਨਹੀਂ ਲੈਣਾ ਚਾਹੀਦਾ। ਚਾਹੇ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਤਰ੍ਹਾਂ ਕੋਈ ਵੀ ਅਧਿਕਾਰਿਕ ਤੌਰ ਤੇ ਨਾ ਤਾਂ ਬਿਆਨ ਆਇਆ ਹੈ, ਨਾ ਹੀ ਇਹਨਾਂ ਵੱਲੋਂ ਕੋਈ ਚਿੱਠੀ ਜੀ ਜਾਰੀ ਕੀਤੀ ਗਈ ਹੈ ਕਿ ਇਸ ਨੂੰ ਦੁਬਾਰਾ ਲਿਆ ਜਾਏਗਾ ਜਾਂ ਨਹੀਂ। ਲੇਕਿਨ ਫਿਰ ਵੀ ਜੋ ਕਹਿ ਲਈ ਕਿ ਸ਼ੰਕਾ ਇਸ ਤਰ੍ਹਾਂ ਬਣ ਰਹੀ ਹੈ ਕਿ ਭਵਿੱਖ ਵਿੱਚ ਜਾਂ ਜਲਦੀ ਹੀ ਉਹਨੂੰ ਕਿਤੇ ਪੰਜ ਸਿੰਘ ਸਾਹਿਬਾਨ ਦੇ ਕੇ ਪੇਸ਼ ਹੋਣ ਲਈ ਕਿਹਾ ਜਾ ਸਕਦਾ, ਤੇ ਜੋ ਧਾਰਮਿਕ ਸਜ਼ਾ ਹੋ ਜੋ ਲਗਾਈ ਜਾ ਸਕਦੀ ਹੈ, ਤਾਂ ਕਿ ਉਹਦੀ ਪੰਥ ਵਿੱਚ ਵਾਪਸੀ ਹੋ ਜਾਏ। ਜੀ ਜੀ ਸੁਖਚੈਨ, ਉਸਨੂੰ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਛੇਕਿਆ ਗਿਆ ਹੈ, ਰੋਟੀ ਬੇਟੀ ਦੀ ਸਾਂਝ ਵੀ ਖਤਮ ਕੀਤੀ ਗਈ ਹੈ, ਪਰ ਫਿਰ ਵੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਪਾਠ ਕਰ ਰਹੇ ਨੇ, ਇਹਦਾ ਜਥੇਦਾਰ ਸਾਹਿਬ ਵੱਲੋਂ ਕੋਈ ਨੋਟਿਸ ਲਿਆ ਗਿਆ? ਜੀ ਬਿਲਕੁਲ, ਜਿਸ ਤਰ੍ਹਾਂ ਕਿ ਜੇ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਉਹਨਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਨੂੰ ਇਹ ਕਹਿ ਦਿੰਦੇ ਕਿ ਰੋਟੀ ਬੇਟੀ ਸਾਂਝ ਨਹੀਂ ਰੱਖਣੀ ਇਸ ਇਨਸਾਨ ਦੇ ਨਾਲ, ਕਿਉਂਕਿ ਸਿੱਖ ਪੰਨ ਵਿੱਚ ਛੇਕਿਆ ਗਿਆ। ਲੇਕਿਨ ਗੁਰੂ ਘਰ ਦੇ ਵਿੱਚ ਆਉਣ ਦੇ ਵਿੱਚੋਂ ਕਦੇ ਕਿਸੇ ਨੂੰ ਐਸਾ ਰੋਕਿਆ ਗਿਆ ਹੋਵੇ, ਐਸਾ ਬੀਤੇ ਸਮੇਂ ਕਦੀ ਕੋਈ ਗੱਲ ਸਾਹਮਣੇ ਨਹੀਂ ਆਈ, ਕਿਉਂਕਿ ਗੁਰੂ ਘਰ ਦੇ ਦਰਵਾਜ਼ੇ ਸਦਾ ਹਰ ਇੱਕ ਲਈ ਖੁੱਲੇ ਹੁੰਦੇ ਨੇ। ਇਸ ਕਰਕੇ ਸੁੱਚਾ ਸਿੰਘ ਲੰਗਾਹ ਉੱਥੇ ਆਪ ਨਤਮਸਤਕ ਹੋ ਸਕਦੇ ਹਨ, ਲੇਕਿਨ ਇਹ ਜ਼ਰੂਰ ਹੈ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਜੋ ਪਹਿਲਾਂ ਕਿਹਾ ਗਿਆ ਸੀ ਉਹ ਉਸਦੇ ਤਹਿਤ ਕਦੀ ਵੀ ਸੁਣਿਆ ਗਿਆ ਕਿ ਕਿਸੇ ਨੂੰ ਗੁਰੂ ਘਰ ਆਉਣ ਤੋਂ ਰੋਕਿਆ ਜਾਏ। ਜੀ ਜੀ ਸੁਚੈਨ, ਤੁਹਾਡਾ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇਣ ਲਈ, ਮਿਹਰਬਾਨੀ। ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ ਕੌਮ ਦਾ ਹਿੱਸਾ ਨਹੀਂ ਬਣਨ ਦੇਵਾਂਗੇ, ਸਾਡਾ ਵਿਰੋਧ ਲਗਾਤਾਰ ਜਾਰੀ ਰਹੇਗਾ। ਦਾਸ ਲਖਵਿੰਦਰ ਸਿੰਘ ਆਦੀਆਂ ਅਤੇ ਸਮੂਹ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਸਮੂਹ ਸਾਧ ਸੰਗਤ, ਅੱਜ ਅਸੀਂ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੇ ਹਾਂ ਕਿ ਪੰਥ ਵਿੱਚੋਂ ਛੇਕਿਆ ਹੋਇਆ ਸੁੱਚਾ ਬਲਾਤਕਾਰੀ ਲੰਗਾਹ ਜਿਹੜਾ ਉਹ ਕਈ ਦਿਨ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਦਰਬਾਰ ਸਾਹਿਬ ਆ ਰਿਹਾ ਕਿ ਇਹ ਮਿਲੀ ਭੁਗਤ ਦਾ ਹਿੱਸਾ ਆ, ਕਿਉਂਕਿ ਜੇ ਇਹ ਮਿਲੀ ਭੁਗਤ ਨਾ ਹੋਵੇ ਤੇ ਇਹਦਾ ਅਖੰਡ ਪਾਠ ਸਾਹਿਬ ਫਤਿਹਗੜ੍ਹ ਸਾਹਿਬ ਨਾ ਆਉਂਦਾ। ਇਹਦੇ ਬੰਦੇ ਜਿਹੜੇ ਨੇ ਗੁਰਦਾਸ ਨੰਗਲ ਗੜੀ ਦੇ ਵਿੱਚ ਅੱਜ ਵੀ ਵਰਕ ਕਰ ਰਹੇ ਨੇ, ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਅਤੇ ਬਾੜ ਸਾਹਿਬ, ਇਹਦੇ ਬੰਦੇ ਹੀ ਜਿਹੜੇ ਲੱਗੇ ਹੋਏ ਨੇ ਜਿਨ੍ਹਾਂ ਦੀ ਨਿਯੁਕਤੀ ਰੱਦ ਕਰਕੇ ਇਹਨਾਂ ਨੂੰ ਹਰਿਆਣੇ ਸੁੱਟਿਆ ਗਿਆ ਸੀ, ਮੁੜ ਉੱਥੇ ਲਾ ਤੇ ਸਾਈ ਵੀ ਨਹੀਂ ਸੁੱਕੀ, ਅਤੇ ਅਸੀਂ ਉਹਦਾ ਵਿਰੋਧ ਕਰਨ ਆਏ ਹਾਂ। 2-3 ਦਿਨ ਅਸੀਂ ਵੇਖਦੇ ਰਹੇ ਹਾਂ ਕਿ ਸ਼ਾਇਦ ਇਹਨੂੰ ਕੋਈ ਡੱਕੇਗਾ, ਕੋਈ ਰੋਕੇਗਾ, ਪਰ ਨਹੀਂ ਬੋਲਿਆ ਕੋਈ। ਆਖਿਰਕਾਰ ਸਾਨੂੰ ਆਉਣਾ ਪਿਆ ਅਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ, ਅਸੀਂ ਇਹਨੂੰ ਕੌਮ ਦਾ ਹਿੱਸਾ ਨਹੀਂ ਬਣ ਦਿਆਂਗੇ, ਇਹਨੂੰ ਗੁਰੂ ਘਰਾਂ ਵਿੱਚ ਦਾਖਲ ਨਹੀਂ ਹੋਣ ਦਿਆਂਗੇ, ਅਸੀਂ ਵਿਰੋਧ ਕਰਨਾ ਹੈ। ਵਾਹਿਗੁਰੂ ਜੀ। ਅਸੀਂ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ ਅਸੀਂ ਵਿਰੋਧ ਕਰਦੇ ਰਹਾਂਗੇ, ਜਿੰਨਾ ਚਿਰ ਅਸੀਂ ਜਿਉਂਦੇ ਵਿਰੋਧ ਕਰਦੇ ਰਹਾਂਗੇ। ਅਤੇ ਸਿੰਘ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਕਿ ਇਹਨੂੰ ਪੰਥ ਵਿੱਚ ਸ਼ਾਮਲ ਨਾ ਕੀਤਾ ਜਾਵੇ, ਉਹਨਾਂ ਭਰੋਸਾ ਦਿੱਤਾ ਕਿ ਇਹਨੂੰ ਬਿਲਕੁਲ ਅਸੀਂ ਪੰਥ ਵਿੱਚ ਸ਼ਾਮਲ ਨਹੀਂ ਕਰਾਂਗੇ, ਅਸੀਂ ਉਹਨਾਂ ਦੇ ਭਰੋਸੇ ਨੂੰ ਵੀ ਉਡੀਕ ਕਰਾਂਗੇ। ਦੱਸ ਦੇਈਏ ਕਿ ਲੰਮਾ ਸਮਾਂ ਪਹਿਲਾਂ ਇੱਕ ਮਹਿਲਾ ਵੱਲੋਂ ਸੁੱਚਾ ਸਿੰਘ ਲੰਗਾਹ ਤੇ ਜਬਰ ਜਨਾਹ ਦੇ ਇਲਜ਼ਾਮ ਲਗਾਏ ਗਏ ਸਨ। ਮਾਮਲਾ ਦਰਜ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲੰਗਾਹ ਨੂੰ ਦੋਸ਼ੀ ਕਰਾਰ ਦਿੰਦਿਆਂ ਪੰਥ ਚੋਂ ਛੇਕ ਦਿੱਤਾ ਗਿਆ ਸੀ। ਹਾਲਾਂਕਿ ਮਹਿਲਾ ਵੱਲੋਂ ਇਲਜ਼ਾਮ ਵਾਪਸ ਲੈਣ
पर श्री अकाल तख्त साहब वालों अजे तक लंगाह नूं माफ नहीं किया गया। सूत्रां मुताबक लंगाह वालों पंथ च वापसी लई कोशिशां कीतियां जा रही ने। अमृतसर तो सुखचैन सिंह दी रिपोर्ट, D5 चैनल पंजाबी। D5 चैनल पंजाबी, हुणे सबसक्राइब करो, बैल आइकन ते क्लिक करो।